हां ਵਰਣਾ ਮੈਂ ਆਪਣਾ ਸਤਭੰਗ ਨਹੀਂ ਕਰ ਸਕਦੀ ਦੋਵੇਂ ਜਾਣੇ ਧੰਗੁਰੂ ਅਰਜਨ ਦੇ ਮਹਾਰਾਜ ਸੱਚੇ ਪਾਤਸ਼ਾਹ ਦੇ ਕੋਲ ਆਏ ਉਸ ਵੇਲੇ ਧੰਗੁਰੂ ਅਰਜਨ ਦੇ ਮਹਾਰਾਜ ਸੱਚੇ ਪਾਤਸ਼ਾਹ ਸੰਤੋਖ ਸਾਹਿਬ ਜਿੱਥੇ ਗੁਰਦੁਆਰਾ ਟਾਲੀ ਸਾਹਿਬ ਹੈ ਉਸ ਥਾਂ ਦੇ ਉੱਪਰ ਸੇਵਾ ਕਰvare ਸਨ ਇਹ ਜਦੋਂ ਇਹ ਰਜਨੀ ਤੇ ਇਸ ਦਾ ਪਤੀ ਦੋਵੇਂ ਜਾਣੇ ਸਤਗੁਰੂ ਦੇ ਕੋਲ ਗਏ ਜਾ ਕੇ ਹਜ਼ੂਰ ਦੇ ਚਰਨਾਂ ਵਿੱਚ ਬੇਨਤੀ ਕੀਤੀ हे ਗਰੀਬਨਵਾਜ ਸਤਿਗੁਰੂ ਜੀ ਤੁਸੀਂ ਸਾਡਾ ਫੈਸਲਾ ਕਰੋ ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਕਹਿਣ ਲੱਗੇ ਤੁਹਾਡਾ ਝਗੜਾ ਕੀ ਹੈ ਤੁਹਾਡਾ ਰੌਲਾ ਕੀ ਹੈ ਤਾਂ ਉਸ ਵੇਲੇ ਰਜਨੀ ਕਹਿਣ ਲੱਗੀ ਮੇਰਾ ਪਤੀ ਕੋੜੀ ਤੇ ਪਿੰਗਲਾ ਸੀ ਔਰ ਇਹ ਜਿਹੜਾ ਸਾਹਮਣੇ ਨੌਜਵਾਨ ਬੈਠਾ ਹੈ ਔਰ ਇਹ ਕਹਿੰਦਾ ਮੈਂ ਤੇਰਾ ਪਤੀ ਹਾਂ ਮੈਨੂੰ ਇਸੇ ਯਕੀਨ ਨਹੀਂ ਆ ਰਿਹਾ ਗੁਰੂ ਮਹਾਰਾਜ ਨੇ ਉਸ ਨੂੰ ਪੁੱਛਿਆ ਪਾਈ ਤੂੰ ਸੱਚ ਦੱਸ ਤੂੰ ਤੇ ਕੋੜੀ ਤੇ ਪਿੰਗਲਾ ਸੀ ਤੂੰ ਕਿਵੇਂ ਰਾਜੀ ਹੋਇਆ ਹੈ ਕਿਵੇਂ ਤੂੰ ਨੌਂ ਵਾਰ ਨੌ ਹੋਇਆ ਉਸ ਨੌਜਵਾਨ ਨੇ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਦੇ ਚਰਣਾ ਵਿੱਚ ਬੇਨਤੀ ਕੀਤੀ ਕਹਿਣ ਲੱਗਾ ਸੱਚੇ ਪਾਤਸ਼ਾਹ ਇਹ ਉਸ ਪਾਣੀ ਦੀ ਕਰਾਮਾਤ ਹੈ ਮੈਂ ਉਸ ਆਪੇ ਹਿਆਤ ਉਸ ਅਮਰਤ ਦੇ ਸਰੋਵਰ ਵਿੱਚ ਇਸ਼ਨਾਨ ਕੀਤਾ ਤੇ ਮੇਰਾ ਕੋੜ ਵੀ ਦੂਰ ਹੋ ਗਿਆ ਮੇਰਾ ਪਿੰਗਲਾਪਨ ਵੀ ਦੂਰ ਹੋ ਗਿਆ ਧੰਨ ਗੁਰੂ ਅਰਜਨ ਦੇ ਮਹਾਰਾਜ ਸੱਚੇ ਪਾਤਸ਼ਾਹ ਕਹਿਣ ਲੱਗੇ ਉਹ ਕਿੱਥੇ ਆਸਥਾਨ ਤਾਂ ਇਹ ਗੁਰੂ ਮਹਾਰਾਜ ਨੂੰ ਨਾਲ ਲੈ ਕੇ ਦੁਖਪੰਜਨੀ ਬੇਰਸਾ ਵਾਲੇ ਸਥਾਨ ਤੇ ਪਹੁੰਚੇ ਨਾਲ ਹੋਰ ਬਿਆਨ ਸੰਗਤਾਂ ਵੀ ਸਨ ਉਥੇ ਉਸ ਕੱਚੇ ਤਲਾਬ ਨੂੰ ਡਿੱਠਾ ਧੰਨ ਗੁਰੂ ਅਰਜਨ ਦੇ ਮਹਾਰਾਜ ਸੱਚੇ ਪਾਤਸ਼ਾਹ ਸਮਝ ਗਏ ਇਹ ਉਹੀ ਆਸਾਨ ਹੈ ਜਿਸ ਆਸਾਨ ਤੇ ਕਿਸੇ ਸਮੇਂ ਧੰਨ ਗੁਰੂ ਨਾਨਕ ਦੇਵ ਮਹਾਰਾਜ ਨੇ ਚਰਨ ਪਾਏ ਅਮਰਤ ਬਾਣੀ ਦਾ ਕੀਰਤਨ ਗਾਇਨ ਕੀਤਾ ਔਰ ਇਸ ਵਾਤਾਵਰਣ ਨੂੰ ਪੌਣ ਪਾਣੀ ਨੂੰ ਅਮਰਤ ਬਣਾ ਦਿੱਤਾ ਇਹ ਉਹੀ ਆਸਾਨ ਹੈ ਜਿੱਥੇ ਧੰਨ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਵੀ ਆਏ ਅਤੇ ਇਤੋਂ ਇੱਕ ਅਮਰਤ ਨਾਮ ਦੀ ਬੂਟੀ ਲੈ ਕੇ ਖਡੂਰ ਸਾਹਿਬ ਗਏ ਧੰਨ ਗੁਰੂ ਧੰਨ ਗੁਰੂ ਅੰਗਦ ਦੇ ਮਹਾਰਾਜ ਸੱਚੇ ਪਾਤਸ਼ਾਹ ਦੇ ਪੈਰ ਦੇ ਅੰਗੂਠੇ ਤੇ ਇੱਕ ਜ਼ਖਮ ਸੀ ਇੱਕ ਕੋੜ ਸੀ ਇੱਕ ਨਸੂਰ ਸੀ ਉਹ ਵੀ ਇਥੋਂ ਹੀ ਦੂਰ ਹੋਇਆ ਸੀ ਇਹ ਉਹੀ ਸਥਾਨ ਹੈ ਜਿੱਥੇ ਸਾਡੇ ਪਿਤਾ ਸਤਿਗੁਰੂ ਧੰਨ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਨੇ ਕੁਝ ਕਾਰ ਸੇਵਾ ਕਰਵਾਈ ਸੀ ਇਸ ਲਈ ਹੁਣ ਇਸ ਮਹਾਨ ਤੀਰਥ ਦੇ ਪ੍ਰਗਟ ਹੋਣ ਦਾ ਸਮਾਂ ਆ ਗਿਆ ਹੈ ਇਸ ਲਈ ਧੰਨ ਗੁਰੂ ਅਰਜਨ ਦੇ ਮਹਾਰਾਜ ਸੱਚੇ ਪਾਤਸ਼ਾਹ ਸਿੱਖ ਸੰਗਤਾਂ ਨੂੰ ਸੰਬੋਧਨ ਹੋ ਕੇ ਕਹਿਣ ਲੱਗੇ ਵੀ ਇਹ ਮਹਾਨ ਤੀਰਥ ਦੀ ਮਹਿਮਾ ਅੱਜ ਪ੍ਰਗਟ ਹੋਈ ਹੈ ਇੱਕ ਮਹਾਨ ਆਜੂਬਾ ਤੇ ਇੱਕ ਮਹਾਨ ਕ੍ਰਿਸ਼ਮਾ ਜੋ ਤੁਸੀਂ ਵੇਖ ਰਹੇ ਹੋ ਕਾਂਵਾਂ ਤੋਂ ਹੰਸ ਬਣ ਜਾਣਾ ਇਸ ਪਿੰਗਲੇ ਤੇ ਕੋੜੀ ਦਾ ਰਾਜੀ ਹੋ ਜਾਣਾ ਇਸ ਮਹਾਨ ਤੀਰਸ ਦਾ ਕ੍ਰਿਸ਼ਮਾ ਹੈ ਇਸ ਲਈ ਉਹ ਮਹਾਨ ਤੀਰਥ ਹੈ ਜਿਸ ਦੀ ਮਹਿਮਾ ਹਜ਼ੂਰ ਨੇ ਬਾਣੀ ਵਿੱਚ ਉਚਾਰਨ ਕੀਤੀ RAM ਦਾ ਸਰੋਵਰ ਨਾਤੇ ਸਭ ਉਤਰੇ ਪਾਪ ਕਮਾਤੇ ਨਿਰਮਲ ਹੋਏ ਕਰ ਇਸ ਨਾਨਾ ਗੁਰਪੂਰਾ ਕੀਨੇ ਦਾ ਨਾ ਇਹ ਧੰਨ ਗੁਰੂ ਅਰਜਨ ਦੇ ਮਹਾਰਾਜ ਸੱਚੇ ਪਾਤਸ਼ਾਹ ਦਾ ਮਹਾਨ ਪਰਉਪਕਾਰ ਹੈ ਦੂਸਰੇ ਨੰਬਰ ਤੇ ਧੰਨ ਗੁਰੂ ਅਰਜਨ ਦੇ ਮਹਾਰਾਜ ਸੱਚੇ ਪਾਤਸ਼ਾਹ ਨੇ ਸ਼੍ਰੀ ਹਰਮੰਦਰ ਸਾਹਿਬ ਜੋ ਅਸਲੀ ਰੱਬ ਦਾ ਆਕਾਰ ਸੀ ਹਰ ਜਪੇ ਹਰ ਮੰਦਰ ਸਾਜਿਆ ਸੰਤ ਭਗਤ ਗੁਣ ਗਾਵਹਿ ਰਾਮ ਸ਼੍ਰੀ ਹਰਮੰਦਰ ਸਾਹਿਬ ਜੀ ਦੀ ਸਥਾਪਨਾ ਕੀਤੀ ਅਤੇ ਉਸ ਦੇ ਚਾਰ ਦਰਵਾਜ਼ੇ ਰੱਖੇ ਚਾਰ ਦਰਵਾਜ਼ੇ ਰੱਖਣ ਤੋਂ ਮੁਰਾਦ ਇਹ ਸੀ ਚਾਰੇ ਪਾਸਿਆਂ ਤੋਂ ਕੋਈ ਵੀ ਇਸ ਰੱਬ ਦੇ ਘਰ ਦੇ ਵਿੱਚ ਆ ਸਕਦਾ ਹੈ ਇਥੇ ਆ ਕੇ ਨਮਸਕਾਰ ਕਰ ਸਕਦਾ ਹੈ ਕਿਸੇ ਲਈ ਵੀ ਕੋਈ ਬੰਦਸ਼ ਨਹੀਂ ਹੈ ਜਦੋਂ ਅਸੀਂ ਹੋਰ ਦੂਜੇ ਧਰਮਾਂ ਵਾਲ ਦੇਖਦੇ ਹਾਂ Hindu ਧਰਮ ਹੈ ਉਸ ਦੇ ਕੋਈ ਐਸੇ ਮੰਦਰ ਨਹੀਂ ਧਰਮ ਅਸਥਾਨ ਨਹੀਂ ਜਿੱਥੇ ਗੈਰ Hindu ਪੈਰ ਨਹੀਂ ਪਾ ਸਕਦਾ ਤੇ ਖਾਸ ਕਰਕੇ ਮਾਈਆਂ ਬੀਬੀਆਂ ਇਸਤਰੀ ਉਥੇ ਨਹੀਂ ਜਾ ਸਕਦੀ ਤੇ ਨੀਵੀਆਂ ਜਾਤਾਂ ਦੇ ਲੋਕ ਵੀ ਉਸ ਮੰਦਰ ਦੇ ਵਿੱਚ ਦਾਖਲ ਨਹੀਂ ਹੋ ਸਕਦੇ ਦੂਸਰਾ ਇਸਲਾਮ ਧਰਮ ਹੈ ਇਸਲਾਮ ਧਰਮ ਦੇ ਅੰਦਰ ਵੀ ਜੋ ਧਰਮ ਆਸਾਨ ਨੇ ਜਿਵੇਂ ਮੁਸਲਮਾਨਾਂ ਦਾ ਮੱਕਾ ਹੈ ਮੱਕਾ ਸ਼ਹਿਰ ਦਾ ਨਾਮ ਹੈ ਉਸ ਦੇ ਵਿੱਚ ਕਾਬਾ ਮੰਦਰ ਹੈ ਜੋ ਮੁਸਲਮਾਨਾਂ ਦਾ ਇੱਕ ਮਹਾਨ ਧਾਰਮਿਕ ਕੇਂਦਰ ਵੀ ਸਮਝਿਆ ਜਾਂਦਾ ਹੈ ਉਸ ਮੱਕੇ ਦੀ ਧਰਤੀ ਤੇ ਗੈਰ ਮੁਸਲਮਾਨ ਪੈਰ ਨਹੀਂ ਰੱਖ ਸਕਦਾ ਪਰ ਧੰਨ ਗੁਰੂ ਅਰਜਨ ਦੇ ਮਹਾਰਾਜ ਸੱਚੇ ਪਾਤਸ਼ਾਹ ਨੇ ਸਾਨੂੰ ਇੱਕ ਮਹਾਨ ਧਾਰਮਿਕ ਕੇਂਦਰੀ ਅਸਾਨ ਬਖਸ਼ਿਸ਼ ਕੀਤਾ ਜੋ ਸਾਰੀ ਮਨੁੱਖਤਾ ਲਈ ਸਾਂਝਾ ਸੀ ਚਾਰ ਦਰਵਾਜ਼ੇ ਇਸ ਲਈ ਰਖੇ ਚਾਰੇ ਵਰਨਾ ਦੇ ਲੋਕ ਚਾਰੇ ਦਿਸ਼ਾ ਦੇ ਲੋਕ ਕੋਈ ਕਿਸੇ ਪਾਸਿਓਂ ਆਵੇ ਉਤਰ ਦੱਖਣ ਪੂਰਬ ਤੇ ਪੱਛਮ ਵੱਲੋਂ ਆਵੇ ਚਾਹੇ ਕੋਈ ਚਾਰ ਵਰਣਾ ਵਿੱਚੋਂ ਆਵੇ ਬ੍ਰਾਹਮਣ ਆਵੇ ਖੱਤਰੀ ਆਵੇ ਵੈਸ਼ ਆਵੇ ਸ਼ੂਦਰ ਆਵੇ ਚਾਹੇ ਕੋਈ ਚਾਰਨ ਆਸ਼ਰਮਾਂ ਵਿੱਚੋਂ ਆਵੇ ਕੋਈ ਬ੍ਰਹਮਚਾਰੀ ਆਵੇ ਕੋਈ ਗ੍ਰਸਤੀ ਆਵੇ ਕੋਈ ਬਾਨਪਰਸਤ ਆਵੇ ਕੋਈ ਸੰਨਿਆਸੀ ਆਵੇ ਸਾਰਿਆਂ ਦੇ ਲਈ ਇਸ ਦੇ ਦਰਵਾਜ਼ੇ ਖੁੱਲੇ ਨੇ ਤੁਹਾਨੂੰ ਗੁਰੂ ਅਰਜਨ ਦੇ ਮਹਾਰਾਜ ਸੱਚੇ ਪਾਤਸ਼ਾਹ ਨੇ ਜਿੱਥੇ ਸਾਨੂੰ ਅਮਰਤ ਸਰੋਵਰ ਦੀ ਦਾਤ ਬਖਸ਼ਿਸ਼ ਕੀਤੀ ਜਿਸ ਨੂੰ ਸਰਬੋਤਮ ਰਾਜ ਤੀਰਥ ਆਖਿਆ ਜਾਂਦਾ ਹੈ ਉਥੇ ਨਾਲ ਦੀ ਨਾਲ ਇਸ ਮਾਤ ਲੋਕ ਦਾ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਵੀ ਸਾਨੂੰ ਬਖਸ਼ਿਸ਼ ਕੀਤਾ ਦੁਨੀਆ ਵਿੱਚ ਹੋਰ ਦੇਵੀ ਦੇਵਤਿਆਂ ਦੇ ਨਾਂ ਤੇ ਬਹੁਤ ਸਾਰੇ ਮੰਦਰ ਬਣੇ ਹੋਏ ਨੇ ਵਿਸ਼ਨੂੰ ਦੇ ਮੰਦਰ ਵੀ ਨੇ ਸ਼ਿਵ ਜੀ ਦੇ ਮੰਦਰ ਵੀ ਬਿਆੰਤ ਨੇ ਸ਼ਬਦ ਵਾਲੇ ठाकुरद्वारे ਦੇਵੀਆਂ ਦੇ ਵੀ ਮੰਦਰ ਬਣੇ ਹੋਏ ਨੇ ਪਰ ਯਾਦ ਰੱਖੋ ਹਰੀ ਦਾ ਮੰਦਰ ਰੱਬ ਦਾ ਘਰ ਜੇ ਕੋਈ ਦੁਨੀਆ ਵਿੱਚ ਹੈ ਤੇ ਸਾਰਿਆਂ ਲਈ ਸਾਂਝਾ ਉਹ ਇੱਕੋ ਇੱਕ ਸ੍ਰੀ ਹਰਿਮੰਦਰ ਸਾਹਿਬ ਹੈ ਜਿਸ ਦੇ ਬਾਰੇ ਇਹ ਸ਼ਬਦ ਠੀਕ ਠੋਕਦੇ ਹਨ ਜਿਹੇ ਦਰ ਆਵਤ ਜਾਤਿਓ ਹਟਕਾ ਨਾਹੀ ਕੋਏ ਸੋ ਦਰ ਕੈਸੇ ਛੋਡੀਐ ਜੋ ਦਰ ਐਸਾ ਹੋਏ ਇਹ ਰੱਬ ਦਾ ਘਰ ਹੈ ਇਥੇ ਕੋਈ ਵੀ ਆ ਸਕਦਾ ਹੈ Hindu ਵੀ ਆ ਸਕਦਾ ਹੈ Musalman ਵੀ ਆ ਸਕਦਾ ਹੈ Sikh ਵੀ ਆ ਸਕਦਾ ਹੈ ਗੈਰ ਸਿੱਖ ਵੀ ਆ ਸਕਦਾ ਹੈ ਇਸ ਲਈ ਸਰਬ ਲਈ ਸਾਂਝਾ ਹਜ਼ੂਰ ਨੇ ਇਹ ਸ੍ਰੀ ਹਰਮੰਦਰ ਸਾਹਿਬ ਬਣਾਇਆ ਰੱਬ ਦਾ ਘਰ ਤੀਸਰੇ ਨੰਬਰ ਤੇ ਧੰਨ ਗੁਰੂ ਅਰਜਨ ਦੇ ਮਹਾਰਾਜ ਸੱਚੇ ਪਾਤਸ਼ਾਹ ਨੇ ਜੋ ਮਹਾਨ ਪਰਉਪਕਾਰ ਕੀਤਾ ਹੈ ਹਜ਼ੂਰ ਮਨ ਵਿੱਚ ਸੋਚਣ ਲੱਗੇ ਅਮਰਤਸਰ ਸਰੋਵਰ ਵੀ ਬਣ ਗਿਆ ਹੁਣ ਇਸ ਦੇ ਅੰਦਰ ਉਹ ਸਰਬ ਦਾ ਆਕਾਰ ਸ੍ਰੀ ਹਰਮੰਦਰ ਸਾਹਿਬ ਵੀ ਬਣ ਗਿਆ ਹੈ ਤੇ ਹੁਣ ਇਸ ਹਰੀ ਦੇ ਮੰਦਰ ਦੇ ਵਿੱਚ ਉਸ ਤਰ੍ਹਾਂ ਕੀ ਬਾਣੀ ਦਾ ਪ੍ਰਕਾਸ਼ ਕੀਤਾ ਜਾਵੇ ਕੋਈ ਵੀ ਜਿਗਿਆਸੂ ਕੋਈ ਵੀ ਗੁਰਸਿੱਖ ਮਾਈ ਪਾਈ ਕੋਈ ਗੈਰ ਸਖ ਵੀ ਇੱਥੇ ਆਵੇ ਤੇ ਉਸ ਨੂੰ ਆਤਮਿਕ ਸ਼ਾਂਤੀ ਮਿਲੇ ਇਸ ਲਈ ਧੰਨ ਗੁਰੂ ਅਰਜਨ ਦੇ ਮਹਾਰਾਜ ਸੱਚੇ ਪਾਤਸ਼ਾਹ ਨੇ ਉਸ ਪਾਵਨ ਸ੍ਰੀ ਹਰਮੰਦਰ ਸਾਹਿਬ ਜੀ ਦੇ ਅੰਦਰ ਕੋਈ ਮੂਰਤੀ ਸਥਾਪਨਾ ਨਹੀਂ ਕੀਤੀ ਤੇ ਨਾ ਹੀ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਆਪ ਸਮਰਾਟ ਗੁਰੂ ਹੁੰਦਿਆਂ ਹੋਇਆਂ ਉੱਥੇ ਗੁਰਤਾ ਦਾ ਤਖਤ ਲਾ ਕੇ ਆਪ ਉੱਥੇ ਬੈਠ ਕੇ ਪੂਜਾ ਕਰਵਾਈ ਧੰਨ ਗੁਰੂ ਅਰਜਨ ਦੇ ਮਹਾਰਾਜ ਸੱਚੇ ਪਾਤਸ਼ਾਹ ਦੀ ਸੋਚ ਬਹੁਤ ਡੂੰਗੀ ਸੀ ਹਾਜ਼ੂਰ ਕਹਿੰਦੇ ਜੇ ਅਮਰਤ ਦੇ ਸਰੋਵਰ ਦੇ ਵਿੱਚ ਹਰੀ ਦਾ ਮੰਦਿਰ ਬਣਿਆ ਹੈ ਇੱਥੇ ਉਸ ਤੁਰਕੀ ਬਾਣੀ ਦਾ ਹੀ ਪ੍ਰਕਾਸ਼ ਹੋਣਾ ਚਾਹੀਦਾ ਹੈ ਉਸ ਅਮਰਤ ਬਾਣੀ ਦਾ ਹੀ ਆਗਾਜ਼ ਹੋਣਾ ਚਾਹੀਦਾ ਹੈ ਜੋ ਉਸ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਨੇ ਸੰਸਾਰ ਦੇ ਜੀਵਾਂ ਦੇ ਉਧਾਰ ਲਈ ਭੇਜੀ ਹੈ ਯਾਦ ਰੱਖੋ ਜੋ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਵਿੱਤਰ ਬਾਣੀ ਹੈ ਚਾਹੇ ਉਹ ਸ਼੍ਰੀ ਮੁਖਵਾਕ ਬਾਣੀ ਹੈ ਚਾਹੇ ਉਹ ਭਗਤਾਂ ਦੀ ਪਟਾਂ ਦੀ ਗੁਰਸਿੱਖਾਂ ਦੀ ਬਾਣੀ ਹੈ ਉਹ ਜਿਹੜੀ ਬਾਣੀ ਹੈ ਤੁਰ ਦਰਗਾਹ ਦੀ ਬਾਣੀ ਹੈ ਇਸੇ ਲਈ ਹਜ਼ੂਰ ਨੇ ਆਖਿਆ ਸੀ ਜੈਸੀ ਮੈਂ ਆਵੈ ਖਸਮ ਕੀ ਬਾਣੀ ਤਸੜਾ ਕਰੀ ਗਿਆਨ ਵੇ ਲਾ ਲੋ ਇਹ ਧੰ ਗੁਰੂ ਨਾਨਕ ਦੇ ਮਹਾਰਾਜ ਦੇ ਬਚਨ ਹਨ ਇਹ ਜੋ ਬਾਣੀ ਮੈਂ ਰਸਨਾ ਤੋਂ ਉਚਾਰਨ ਕਰ ਰਿਹਾ ਹਾਂ ਇਹ ਬਾਣੀ ਮੇਰੀ ਨਹੀਂ ਇਹ ਮੇਰੇ ਖਸਮ ਦੀ ਹੈ ਇਹ ਮੇਰੇ ਮਾਲਕ ਦੀ ਹੈ ਇਹ ਮੇਰੇ ਵਾਹਿਗੁਰੂ ਦੀ ਹੈ ਇਹ ਮੇਰੇ ਨਿਰੰਕਾਰ ਦੀ ਬਾਣੀ ਹੈ ਤੇ ਨਾਲੇ ਸਤਿਗੁਰੂ ਕਹਿੰਦੇ ਨੇ ਵਾਹੋ ਵਾਹੋ ਬਾਣੀ ਨਿਰੰਕਾਰ ਹੈ ਇਹ ਬਾਣੀ ਵੀ ਨਿਰੰਕਾਰ ਦਾ ਸਰੂਪ ਹੈ ਜਿਵੇਂ ਸੂਰਜ ਦੀ ਕਿਰਨ ਕਦੇ ਸੂਰਜ ਤੋਂ ਵੱਖ ਨਹੀਂ ਹੋ ਸਕਦੀ ਦੀਵੇ ਦੀ ਲੋਹ ਕਦੇ ਦੀਵੇ ਤੋਂ ਵੱਖ ਨਹੀਂ ਹੋ ਸਕਦੀ ਚੰਦਰਮਾ ਦੀ ਚਾਨਣੀ ਕਦੇ ਚੰਦਰਮਾ ਤੋਂ ਵੱਖ ਨਹੀਂ ਹੋ ਸਕਦੀ ਸਮੁੰਦਰ ਦੀ ਲਹਿਰ ਕਦੇ ਸਮੁੰਦਰ ਤੋਂ ਵੱਖ ਨਹੀਂ